فاتحہ بسم اللہ الرحمن الرحیم الحمد للہ الرحمن الرحیم مالک یوم الدین ایاک نعبد و ایاک نستعین اهدنا الصراط المستقیم صراط الذین انعمت علیہم غیر المغضوب علیہم ولا الضالین قل هو الله الصمد अल्लाहुम्मा सल्ले अला मुहम्मद व आले मुहम्मद। एक सलवात पढ़ो सारे मिल के बाद। मासूम दी आमद वास्ते भी सलवात बावाज़े बुलंद पढ़ो। इस मजलस की कबूलियत वास्ते भी एक सलवात सारे ही मिल के नारे तकबीर नारे तकबीर नारे रिसालत नारे हैदरी यकजुबा हैदरी। एक सलवात सारे पढ़ो अल्लाहुम्मा सल्ले अला मुहम्मद। औज़ु बिल्लाहि मिनश शैतानिर रजीम बिस्मिल्लाहिर रहमानिर रहीम अलहम्दुलिल्लाहि रब्बिल आलमीन वलक़बातुल मुत्तकीन वजन्नतुल मोमिनीन नारुल काफिरीन वल मुनाफिकीन बेशुमार। अस्सलातु वस्सलामु अला मन कान नबियन व आदम बिन मायवती सैयद सगलाइन व शमसल मशरकाइन वल मगरबान जद्दल हसन वल हुसैन अबुल कासम मोहम्मद हजार बबिशाए फाइन व ताइनो بر محاوین ضربت ولین یوم الخندق افضل من عبادت سکلان واولد سبتان الحسن والحسین باواز بلند صلوات دعا ہے خالق و مالک तुसा तमाम मोमिनीन दा इस मजलस पाक च टुराया आदि अपने दरबार च कबूल फरमाए। जितने कदम उठाए गए साईं इबादत च शुमार फरमाए। बानियान दे रिज़्क़े च पेशवा इस तों भी ज़्यादा अजाफा फरमाए। अली उन वली उल्लाह पढ़न वाले दिया नस्ल आबाद होवें घर आबाद होवें मौला हर तकलीफ तू महफूज फरमाए। जड़ा बंदा सुबह सुबह अपनी दुआ च आमीन नहीं आख सकता जिंदे वास्ते दुआ मंगी जाए तो वो अपनी दुआ च आमीन न आके फिर की उस तू उम्मीद रखनी। मासूम फरमेंदेन जिड़ी तेरी दुआ कबूल नहीं होंदी तू किसे मोमन दी दुआ च आमीन आख तेरी कबूल हो जाएगी। जब तुसी अपनी च नहीं आख रहे मजलस पैगाम है किसी नू कुछ दियो ताकि आन का मकसद पूरा हो जाए।
ਐਵੇਂ ਤਾਂ ਨਹੀਂ ਹੈ ਫੋੜੀ ਵਿਛਾਈ ਗਈ ਹੈ ਅਤੇ ਆਣ ਕੇ ਬੈਠੇ ਹੋ ਲੰਗਰ ਵਾਸਤੇ ਬੈਠੇ ਹੋ, ਨਹੀਂ, ਨਜਾਤ ਵਾਸਤੇ ਆਣ। ਜਿਹੜੇ ਬੰਦੇ ਨਹੀਂ ਪਏ ਬੋਲਦੇ ਜਾਂ ਇਸ ਤੋਂ ਬੜਾ ਦਰਬਾਰ ਮੈਨੂੰ ਵਿਖਾ, ਖੁਦਾ ਦੀ ਖੁਦਾਈ ਦੇ ਵਿੱਚ ਕੋਈ ਐਸਾ ਦਰਬਾਰ ਮੈਨੂੰ ਦੱਸ ਜਿੱਥੇ ਤੇਰੇ ਨਾਲ ਅਰਸ਼ੀ ਫਰਸ਼ 'ਤੇ ਆਣ ਕੇ ਬਾਂਧੇ ਹੋਏ। ਤੁਹਾਡਾ ਭਲਾ ਹੋਵੇ ਜੀ, ਬਿਸਮਿਲ੍ਲਾ ਕਰਾਂ। ਮਜਲਿਸ ਦੀ ਜ਼ੀਨਤ ਲੋਕ ਮੇਰੇ ਸਾਹਮਣੇ ਬੈਠੇ, ਜਾਂ ਮੇਰੀ ਮਨ ਜਾਂ ਮੈਨੂੰ ਮਨਾ, ਕੋਈ ਇੱਕ ਮੁਕਾਮ ਵਿਖਾ। ਸ਼ਰਾਰਤੀ ਗੁਫ਼ਤਗੂ ਦਾ ਮੈਂ ਕਾਇਲ ਨਹੀਂ, ਮੈਂ ਲਾਨਤ ਪਾਉਣਾ ਜਿਹੜੇ ਬੰਦੇ ਸ਼ਰਾਰਤੀ ਗੁਫ਼ਤਗੂ ਕਰਦੇ। ਦਰਸੇ ਆਲੇ ਮੁਹੰਮਦ ਹੈ, ਕੋਈ ਵਸੂਲ ਕਰੇ ਨਾ ਕਰੇ, ਕੋਈ ਬੋਲੇ ਨਾ ਬੋਲੇ, ਮੈਂ ਜਾਣਨਾ ਮੇਰੇ ਪੇਸ਼ਵਾ ਸੱਚੇ। ਅਤੇ ਬੰਦੇ ਦਾ ਪੁੱਤਰ ਉਹ ਹੁੰਦਾ ਜਿਹੜਾ ਆਪਣੇ ਸੱਚੇ ਕਿਸੇ ਕੋਲੋਂ ਪੁਣਾਵੇ ਨਾ। ਮੈਂ ਕਿਸੇ ਦੇ ਬੁਰੇ ਨੂੰ ਬੁਰਾ ਆਖਾਂਗਾ, ਉਹ ਮੇਰੇ ਸੱਚੇ ਨੂੰ ਬੁਰਾ ਆਖਣਗੇ, ਫਾਇਦਾ ਇੱਥੇ ਆਉਣ ਦਾ ਕੀ ਹੋਇਆ। ਵਸਣਾ ਤੁਸੀਂ ਹੈ, ਮੈਂ ਲੜਾ ਕੇ ਹੁਣੇ ਚਲੇ ਜਾਵਾਂ, ਮੈਂ ਤਾਂ ਟੁਰ ਜਾਣਾ, ਰਹਿਣਾ ਤਾਂ ਤੁਸੀਂ ਹੈ। ਕੋ ਬਾਤ ਐਸੀ ਕਰ ਜਿਸਨੂੰ ਗੈਰ ਵੀ ਤਸਲੀਮ ਕਰ ਲਿਆ। ਆਗਾਜ਼ ਮਜਲਿਸ ਹੈ, ਬਸ ਇਹ ਮਜਲਿਸ ਦਾ ਹੀ ਮੁਕਾਮ ਮੈਂ ਤੈਨੂੰ ਦੱਸਣਾ ਕਿ ਇਹਦਾ ਮੁਕਾਮ ਕੀ ਹੈ ਜਿੱਥੇ ਆਣ ਕੇ ਬੈਠਾ। 70,000 ਮਲਾਇਕਾ ਡਨ ਰਵਾਇਤ ਹੈ ਜਿਸ ਵਿੱਚ ਗੁੰਜਾਇਸ਼ ਕੋਈ ਨਹੀਂ, ਤੇਰੇ ਮੇਰੇ ਤੋਂ ਪਹਿਲੇ ਮਜ਼ਲ ਸ਼ਾ ਸ਼ਬੀਰ 'ਚ ਆਣ ਕੇ ਬਾਂਧੇ, ਤੇਰੇ ਮੇਰੇ ਤੋਂ ਬਾਅਦ ਟੁਰਦੇ। ਨਹੀਂ ਸਮਝ ਆਈ? ਇਹ ਪਹਿਲੋਂ ਕਿਉਂ ਆਉਂਦੇ ਨੇ? ਇਹ ਤੈਨੂੰ ਦੱਸਣ ਆਉਂਦੇ ਨੇ, ਤੇਰੇ ਵਕਤ ਪੈ ਜਾਗਦੇ ਨੇ, ਤੂੰ ਅਜੇ ਘਰ 'ਚ ਬੈਠਾ ਹੈ। ਦੇਖ ਤਾਂ ਸਹੀ, ਤੇਰੀ ਨਗਰੀ ਦੇ ਵਿੱਚ 14 ਪੈ ਆਉਂਦੇ ਨੇ। ਖੁਦਾ ਤੁਹਾਡੀ ਇਬਾਦਤ ਕਬੂਲ ਫਰਮਾਏ, ਸਾ ਅੱਲਾ ਇਬਾਦਤ ਕਬੂਲ ਫਰਮਾਏ, ਜਿਹੜੀਆਂ ਜ਼ੁਬਾਨਾਂ ਹਿਲਦੀਆਂ ਬੈਠੀਆਂ। ਬਾਬਾ ਜੀ ਕੀ ਵਕਤ ਨੇ ਉਸ ਬੰਦੇ ਦੇ, ਕਿਸ ਮੁਕੱਦਰ ਦਾ ਮਾਲਿਕ ਹੈ ਉਹ ਇਨਸਾਨ ਜਿਹੜਾ ਜ਼ਿੰਦਾ ਹੋ ਕੇ ਆਪਣੇ ਪੈਰਾਂ 'ਤੇ ਚੱਲ ਕੇ ਜੰਨਤ 'ਚ ਆਣ ਕੇ ਬਹਿ ਜਾਏ। ਗੂੰਗੇ ਬੰਦੇ ਨੂੰ ਛੁੱਟੀ ਹੈ, ਜਿਹੜਾ ਸਿਹਰਾ ਲੈਂਦਾ ਉਹ ਵੀ ਨਾ ਹਲਾਓ, ਮੈਂ ਰਾਜ਼ੀ ਹਾਂ। ਜੰਨਤ ਉਹ ਨਹੀਂ ਹੁੰਦੀ ਜਿੱਥੇ ਕੋਈ ਅਮਰੂਦਾਂ ਦੇ ਬਾਗ ਜ਼ਿਆਦਾ ਹੋ ਜਾਣ, ਜਾਂ ਕੇਲੇ ਦੇ ਦਰਖਤ ਜ਼ਿਆਦਾ ਹੋ ਜਾਣ, ਜਾਂ ਸੇਬ ਦੇ ਜ਼ਿਆਦਾ ਹੋ ਜਾਣ। ਜੰਨਤ ਉਹ ਹੈ ਜਿੱਥੇ 14 ਬੈਠ ਜਾਣ, ਫਰਸ਼ ਤੇ ਇੱਕੋ ਜਿਹਾ ਹੈ ਜਿੱਥੇ 14 ਆਣ ਕੇ ਬਾਂਧੇ। ਬੋਲੀ ਬੇਸ਼ੱਕ ਨਾ ਬੋਲੀ, ਇੱਥੇ ਮੇਰੀ ਗੱਲ ਬਹਾ ਲਈ, ਇਹ ਸਫੇ ਮਾਤਮ ਅਰਸ਼ ਤੇ ਵਿਛਣੀ ਆਈ। ਅਗਰ ਉੱਥੇ ਵਿੱਚ ਜਾਂਦੇ ਜਿੱਥੋਂ ਦਾ ਕੋਈ ਵਾਸੀ ਹੋਵੇ, ਬਜ਼ੁਰਗ ਬੈਠੇ ਹੋ, ਸਫੇ ਮਾਤਮ ਉੱਥੇ ਵਿਛਾਈ ਜਾਂਦੀ। ਬਾਬਾ ਜੀ ਜਪਾਨ ਬੰਦਾ ਮਰ ਜਾਏ ਤਾਂ ਵਸਦਾ ਡਿੰਗੇ ਦਾ ਹੋਵੇ, ਉੱਥੋਂ ਸੱਜਣ ਬੜੇ ਜਿਹੜੇ ਹੋਣਗੇ ਨਾਲ ਆ ਜਾਣਗੇ, ਉਹਦੀ ਔਲਾਦ ਨੂੰ ਪੈਸੇ ਦੇ ਦੇਣਗੇ, ਖਰਚ ਕਰ ਇੱਥੇ ਜਿਤਨਾ ਮਰਜ਼ੀ ਕਰ, ਇਹ ਟੁਰਨ ਲੱਗਿਆ ਫਲਾਂ ਜ਼ਮੀਨ ਸਾਡੀ ਅਸੀਂ ਤੇਰੇ ਨਾਲ ਲਾ ਦੇਣਾ, ਤੇਰੇ ਪਿਓ ਨਾਲ ਬੜਾ ਤਲਕ ਸੀ, ਸਫੇ ਮਾਤਮ ਇੱਥੇ ਵਿਛਾ। ਉਹ ਇੰਗਲੈਂਡ ਤੋਂ ਆਏ ਨੇ, ਉਹਨਾਂ ਉੱਥੇ ਕਿਉਂ ਨਹੀਂ ਵਿਛਾਈ? ਉਹ ਵਾਸੀ ਇੱਥੋਂ ਦਾ। ਹੁਣ ਜਿਹੜਾ ਸਮਝ ਕੇ ਨਾ ਬੋਲੇ ਉਹਨੂੰ ਮੈਂ ਕੀ ਆਖਣਾ, ਇਹ ਵਾਸੀ ਅਰਸ਼ ਦੇ ਨੇ, ਇਹ ਸਫੇ ਮਾਤਮ ਅਰਸ਼ 'ਤੇ ਵਿਛਣੀ ਚਾਹੀਦੀ ਹੈ। ਤਾਂ ਜੇ ਉੱਥੇ ਵਿੱਚ ਜਾਂਦੀ ਤੇਰੇ ਮੇਰੇ ਪੱਲੇ ਰਹਿਣਾ ਹੀ ਕੱਖ ਨਹੀਂ ਸੀ, ਤੂੰ ਮੈਂ ਉੱਥੇ ਜਾ ਨਹੀਂ ਸਕਦੇ, ਇੱਥੇ ਵਿਛਾਈਏ, ਉਹ ਤੇਰੇ 'ਚ ਆਣ ਕੇ ਬਹਿ ਜਾਂਦੇ ਨੇ। ਤੇਰਾ ਭਲਾ ਹੋਵੇ, ਭਲਾ ਹੋਵੇ ਤੁਹਾਡਾ, ਜਵਾਨੀਆਂ ਮਾਣੋ ਚਾਹ, ਅੱਲਾ ਤੁਹਾਡੀ ਇਬਾਦਤ ਕਬੂਲ ਫਰਮਾਏ। ਤੁਹਾਡੀ ਜ਼ਿੰਦਗੀ ਹੁਣ ਪਤਾ ਲੱਗਾ, ਇਹ ਫੂੜੀ ਵਿਛਾਉਣ ਬਿਸਮਿਲ੍ਲਾ ਕਰੋ। ਅਗਰ ਉੱਥੇ ਵਿੱਚ ਜਾਂਦੀ ਤਾਂ ਕਿੰਨੇ ਜਾਣਾ ਸੀ? ਅਤੇ ਜਿਹਨੇ ਜਾਣਾ ਸੀ ਫਿਰ ਉਹਨੇ ਜਾਣਾ ਹੀ ਜਾਣਾ ਸੀ। ਜਿਹਨੇ ਚਲੇ ਜੂ ਜਾਣਾ ਸੀ ਫਿਰ ਉਹਨੇ ਕਦੋਂ ਪਿਛਾ ਨੂੰ ਆਉਣਾ ਸੀ? ਵਾਰਸਾਂ ਇਸ ਵਾਸਤੇ ਵਿਛਾਈ, ਤੇਰੇ ਵਿੱਚ ਵਿਛਾਈ,
तेरा बहुत बड़ा फायदा करन लगा अगर गल मेरी इत्थे बहाल है। मासूम फरमेंदे साड़ी सफे मातम तेनू नसीब होवे ना ते साड़ी सफे मातम ते तू आन के बह जाए। बादशाह फरमेंदे पर कोशिश करया कर, लंबे लंबे साह लिया कर, जितनी देर तक बैठे लंबे लंबे साह लिया कर। मासूम तो पूछया गया, मौला ये लंबे साह दा क्यों आदे पए? वो फरमाया, बंदा खुदा असी शामिल होंदे किते साडा साह निकलिया तेरे साह च रल गया, आवन आली गंदगी अंदर दी तेरी दूर हो जाए, तेरियां आवन वालियां बीमारियां खत्म हो जाएंगी। ये हुसैन दी मजलस दा मुकाम है। बस जितना के टाइम है उतने च नौकरी है, 11 to 12 मेरा वक्त है, मजबूरी है, मैं काफ़ी सफ़र करना है, वादा कर बैठा। हाजरी हो गई, किसे मैं गासे बनाई, ना मैं किसे दा हक कदी खादा है, ना खावन आलियां चूं, इसे हक नूं तो रोंदे पाए। अल्लाह अकबर, अपने वक्त च नौकरी खत्म, दुनिया दे पर्दे होने, खुदा जानदा है इंसान बहुत पिछे जा रहे। देखो किसे इबादत ते दावा नहीं कर सकता कि मैं कीती है मेरी कबूल है। मैं फजर वेले नमाज पढ़ के आया, इत्थे मैं ऐलान नहीं कर सकता मैं पढ़ी है मेरी कबूल है। मासूम ऐलान कर सकते हैं, मुत्तकी ऐलान कर सकते हैं, मैं तो नहीं कर सकता। क्यों? 900 ख्याल आंदे, ख्यालां ली ओ कबूल कर ले तो ओदी मेहरबानी है ना। बोलो यार कि मैं, बंदे भी थोड़े बैठे होन तो बोलन भी ना तो चौकां फना दिए, सवेरे सवेरा भी होवे, आगाज़े मजलस है। रोज़ा रखना है, दावा नहीं कर सकता मैं रोज़ा रखा जी मेरा कबूल। आदल फरमेंदे तेरे हर आजाद का रोज़ा होएगा फिर मैं कबूल करांगा। हाय हाय हाय, तेरे सर दे वालां तो लैके तेरे पैरों के नाखूना तक है कबूल करांगा। जे रोज़ा रख के तो 3 बजे उठे साफ बिछा के ते पत्ते ताश दे सुटने, तो चौर साहब खैर है आ रोज़ा लगा खलोता है ज़रा नभा लीए, तेनों पता नहीं ना अज इतनी देर तक तू उथे बह के पत्ते सुट के नभाना है ना, ए नाल जड़े बैठे ने ना दोहां तेरे ते लानत कर दिया रहना। दावा नहीं कर सकता, किसे इबादत दा दावा नहीं कर सकता, कबूल कर ले उसकी मेहरबानी है। 70 मैं आखें लगा वसूल कर लई, मजल से शबीरी च सिर्फ शर्त है तेरा ए साफ होवे, साइयां नू पहचान के आवें, सुनजान के आवें, अपने जिहा ना समझ के आवें, इत्थे बह जा ते बह के ऐलान कर दे मेरी कबूल है तेरी कबूल ही कबूल है। अल्लाह अल्लाह दे बिस्मिल्लाह। जड़ा बंदा अजा भी चुप बैठा है, मजल से शबीर नू को क्या जाने, इत्थे वारी कड़न ना आया कर, इनू नजात समझ के आया कर, इत्थे जितनी देर बैठे फकीर बन के बैठा कर, गधा घर बन के बैठा कर, मंगता बन के बैठा कर। जे झोली भरनी आई तो इस मजलस का मुकाम ही तेनों समझ आ गया तो कहानी बन गई। बाबा जी एक जुमला तुहाड़ी नज़र पे करना, ए दो नाल बैठे हर बंदे दे बैठे जी, कदी ए नाल बैठे किसे नाल बोले होन, यार गर्मी बड़ी हो गई है
ਤੇ ਕੋਈ ਨੈਸਲੇ ਦੀਆਂ ਪੰਜ ਸੱਤ ਬੋਤਲਾਂ ਠੰਡੀਆਂ ਜਿਹਾ ਲਿਆ। ਕਦੀ ਕਿਸੇ ਬੰਦੇ ਨੂੰ ਆਖਿਆ ਹੋਵੇ? ਨਹੀਂ, ਗੱਲ ਹੀ ਕੋਈ ਨਹੀਂ। ਕਿਉਂ? ਉਧਰੋਂ ਡਿਊਟੀ 'ਚ ਨੇ, ਜੋ ਕੀਤੀ ਜਾ ਰਿਹਾ ਲਿਖੀ ਜਾ ਰਿਹਾ। ਇਹਨਾਂ ਦਾ ਲਿਖਿਆ ਤੂੰ ਮੁਕਰ ਨਹੀਂ ਸਕਦਾ। ਇਹਨਾਂ ਜੀ ਮੇਰੇ ਲਈ ਗਲਤ ਲਿਖ ਦਿੱਤਾ, ਮੈਂ ਤਾਂ ਇੰਝ ਕੀਤਾ ਹੀ ਨਹੀਂ। ਜਿਹੜੇ ਤੂੰ ਕਹੇਗਾ ਗਲਤ ਲਿਖ ਦਿੱਤਾ, ਜਿਹੜੀ ਜ਼ਮੀਨ 'ਤੇ ਕੀਤਾ ਹੀ ਉਹ ਜ਼ਮੀਨ ਤੇਰੇ ਸਾਹਮਣੇ ਬੋਲਣ ਲੱਗ ਪਏ ਗਏ। ਤੇਰੇ ਹੱਥ ਬੋਲਣ ਲੱਗ ਪੈਣਗੇ, ਤੇਰੀ ਜ਼ੁਬਾਨ ਬੋਲਣ ਲੱਗ ਪੈਗੀ, ਤੇਰੀਆਂ ਹੀ ਅੱਖਾਂ ਬੋਲਣ ਲੱਗ ਪੈਣਗੀਆਂ, ਮੈਂ ਵੇਖ ਰਹੀ ਸਾਂ ਇਹ ਕੀਤਾ ਹੀ ਤੂੰ। ਕਿੱਧਰ ਜਾਏਗਾ ਜਦ ਤੇਰਾ ਹਰ ਆਜ਼ਾ ਹੀ ਉਹਦੇ ਸਾਹਮਣੇ ਬੋਲ ਪਿਆ? ਮੁਕਰੇਗਾ ਕਿਵੇਂ? ਜੋ ਕਰ ਰਿਹਾ ਲਿਖ ਰਹੇ, ਆਪਣੇ ਵੱਲੋਂ ਥੋੜ੍ਹੀ ਜਿਹੀ ਰਹਿਤ ਕਰ ਦੇਣ ਤੇਰੇ ਨਾਲ, ਆਪਣੇ ਵੱਲੋਂ। ਉਹ ਕੀ ਹੈ? ਤੂੰ ਬਦੀ ਦੇ ਮੁਤਲਕ ਸੋਚਿਆ? ਬਦੀ ਵਾਲਾ ਲਿਖਣ ਲੱਗਾ, ਨੇਕੀ ਵਾਲੇ ਨੇ ਰੋਕ ਦਿੱਤਾ, ਰੁਕ ਜਾਈ, ਅਜੇ ਉਹਨੇ ਬਦੀ ਕੀਤੀ ਤਾਂ ਨਹੀਂ ਨਾ। ਬੋਲਣ ਨਾ ਬੋਲਣ ਤੇਰੇ ਮੁਕੱਦਰ ਦੀ ਬਾਤ ਹੈ, ਜ਼ਿੰਦਗੀ 'ਚ ਆਦਤ ਹੈ, ਕਿਸੇ ਨੂੰ ਤੰਗ ਹੀ ਨਹੀਂ ਕੀਤਾ। ਇਹ ਗੱਲ ਮੇਰੀ ਸੁਣਦਾ ਪਿਆ, ਕੱਲ੍ਹ ਸਾਈਆਂ ਸਾਹਮਣੇ ਫਿਰ ਨਹੀਂ ਸਕਦਾ। ਪੇਸ਼ੀ ਤੇਰੀ ਵੀ ਹੈ, ਪੇਸ਼ੀ ਮੇਰੀ ਵੀ ਹੈ ਸਾਈਆਂ ਦੇ ਸਾਹਮਣੇ। ਉਸ ਬੁਰਾਈ ਕਰ ਲਈ ਇਤਨੀ ਰਾਇਤ ਕਰ ਦੇਣ, ਬਦੀ ਵਾਲਾ ਲਿਖਣ ਲੱਗਾ, ਨੇਕੀ ਵਾਲਾ ਫਿਰ ਬੋਲ ਪਿਆ। ਗੱਲ ਸੁਣ, ਜ਼ਰਾ ਰਹਿਣ ਦੇਗਾ, ਹੁਣ ਕਿਉਂ ਰਹਿੰਦਾ ਬਈ? ਉਹ ਤੇਰੇ ਸਾਹਮਣੇ ਕਰਨ, ਓਹੋ ਕਰ ਲਈ, ਮੈਂ ਕਦੋਂ ਮੁਕਰਨਾ ਪਿਆ ਵੀ ਉਸ ਬਦੀ ਕਰ ਲਈਏ? ਲੇਕਿਨ ਥੋੜ੍ਹੀ ਦੇਰ ਠਹਿਰ ਜਾ, ਹਾਂ ਮੈਂ ਹੁਣ ਠਹਿਰਾਂ ਕਿਉਂ ਜਦ ਉਹਨੇ ਬਦੀ ਕਰ? ਓਹੋ, ਉਹ ਮਾਫ਼ੀ ਮੰਗ ਲਏ, ਉਹ ਮਾਫ਼ ਕਰਦਾ ਹੈ। ਅੱਲਾ ਜ਼ਿੰਦਗੀ ਕਰੀ ਬਾਈ, ਮਜਲਿਸ ਪੂਰੀ ਹੋ ਗਈ ਬਾਈ, ਖੁਦਾ ਤੁਹਾਡੀ ਇਬਾਦਤ ਕਬੂਲ ਫਰਮਾਏ। ਜਿਹੜੇ ਬੰਦੇ ਅਜੇ ਤੱਕ ਨਹੀਂ ਬੋਲੇ, ਚਲੋ ਆਖਰੀ ਵਾਰੇ ਤੱਕ ਜ਼ਾਕਿਰ ਪੜ੍ਹਨ ਤੱਕ ਕੋਈ ਮੌਲਾ ਕਰੇ, ਉਹ ਵੀ ਬੋਲ ਪੈਣ, ਤਾਂ ਕਿ ਉਹਨਾਂ ਦੀ ਵੀ ਕਿਤੇ ਲਿਖੀ ਜਾਏ। ਸਵੇਰੇ ਮਸ਼ਰਕ 'ਚ ਸੁਰਖੀ ਨਹੀਂ ਵੱਡੀ ਸਾਰੀ ਆਉਂਦੀ ਵੀ ਇਹ ਉਹ ਬੰਦਾ ਹੈ ਜਿਹੜਾ ਕੱਲ੍ਹ ਜ਼ਾਕਿਰ ਦੇ ਅੱਗੇ ਬੋਲਿਆ ਹੀ ਨਹੀਂ। ਇਹ ਬਹੁਤ ਬਹਾਦਰ ਬੰਦਾ ਹੈ ਬਾਈ, ਇੱਥੇ ਬੋਲੇਗਾ ਤਾਂ ਕੰਮ ਬਣਨਾ ਹੈ। ਸਾਦਕ ਬਾਦਸ਼ਾਹ ਫਰਮੇਂਦੇ ਨੇ, ਮਾਸੂਮ 'ਤੇ ਜਿਹੜਾ ਲਾਵੇ ਨਾ ਹੋਵੇ ਉਹਦੇ ਨਾਲੋਂ ਵੱਡਾ ਲਾਂਤੀ ਕੋਈ ਨਹੀਂ ਆਉਂਦਾ। ਮਾਸੂਮ ਦਾ ਫਰਮਾਨ ਨਾ ਹੋਵੇ ਤਾਂ ਆਖੇ ਮਾਸੂਮ ਫਰਮੇਂਦੇ ਨੇ, ਉਸ ਬੰਦੇ ਤੋਂ ਬੜਾ ਲਾਂਤੀ ਕੋਈ ਨਹੀਂ। ਇੱਜ਼ਤਦਾਰ ਲੋਕ ਬੈਠੇ ਨੇ, ਪੰਚਾਇਤਾਂ ਦੇ ਫੈਸਲੇ ਕਰਨ ਵਾਲੇ ਮੇਰੇ ਸਾਹਮਣੇ ਬੈਠੇ ਨੇ। ਮਾਸੂਮ ਫਰਮੇਂਦੇ ਨੇ, ਬੰਦੇ ਖੁਦਾ ਕਿਤੇ ਤੇਰੇ ਬਖਤ ਤਰੇ, ਤੈਨੂੰ ਸਾਡਾ ਜ਼ਿਕਰ ਨਸੀਬ ਹੋਵੇ। ਹੋਏ ਹੋਏ ਹੋਏ, ਤੇਰੇ ਬਖਤ ਤਰ ਜਾਣ, ਤੈਨੂੰ ਸਾਡਾ ਜ਼ਿਕਰ ਨਸੀਬ ਹੋ ਜਾਏ। ਆਦੀ ਫਰਮੈਂਦਨ ਵਿੱਚ ਬੈਠ ਕੇ ਇਤਨਾ ਕੁ ਉੱਚੀ ਬੋਲੀ, ਨਾਲ ਵਾਲੇ ਬੰਦੇ ਨੂੰ ਗਵਾਹ ਤੂੰ ਬਣਾ ਲਈ, ਜੇ ਅੰਦਰ ਸਾਫ਼ ਜਦੋਂ ਦੁਨੀਆ ਤੋਂ ਟੁਰੇਗਾ ਤੇਰੀ ਕਬਰ 14:15 ਚ ਕੋਈ ਇੱਕ ਆਣ ਕੇ ਬੋਲੇਗਾ, ਤੁਹਾਡਾ ਭਲਾ ਹੋ ਜਾਏ। ਕਿਹੜੀ ਸੋਹਣੀ ਹੋ ਗਈ ਹੈ, ਕਿਹੜੀ ਵੱਡੀ ਫੂੜੀ 'ਤੇ ਆਇਆ ਬੈਠਾ ਹੈ। ਇਹ ਅੱਧੇ ਸੈਕਿੰਡ ਦੇ ਵਿੱਚ ਹਰ ਬੰਦੇ ਨੇ ਖਤਮ ਕੁਰਾਨ ਦਾ ਸਵਾਬ ਲੈ ਲਿਆ। ਜਾ ਖਾਂ ਉੱਠ ਜਾ ਕਿਸੇ ਕਾਰੀ ਕੋਲ ਬੈਠ ਤੇ ਕੁਰਾਨ ਪੜ੍ਹ, ਸਾਰਾ ਕੁਰਾਨ ਮੁੱਕਦਿਆਂ ਤੜੀ ਕੋਈ ਨਾ ਕੋਈ ਜ਼ੇਰ ਜ਼ਬਰ ਗਲਤ ਕਰ ਜਾਏਗਾ। ਕਿਹੜੇ ਵੱਡੇ ਕਾਰੀ ਕੋ ਚਲਾ ਜਾ ਪੜ੍ਹਨ ਵਾਸਤੇ, 7 ਦਿਨਾਂ 'ਚ ਪੜ੍ਹ, ਮਹੀਨੇ 'ਚ ਪੜ੍ਹ, 6 ਮਹੀਨਿਆਂ 'ਚ ਪੜ੍ਹ, ਸਾਲ 'ਚ ਪੜ੍ਹ, ਗਲਤੀ ਜ਼ਰੂਰ ਜ਼ੇਰ ਜ਼ਬਰ ਦੀ ਕਰੇਗਾ। ਕਿਹੜਾ ਵੱਡਾ ਦਰਬਾਰ ਹੈ, ਖਤਮ ਕੁਰਾਨ ਦਾ ਸਵਾਬ ਤੈਨੂੰ ਅੱਧੇ ਸੈਕਿੰਡ 'ਚ ਉਹ ਮਿਲਿਆ ਹੈ ਜਿਹਦੇ ਵਿੱਚ ਜ਼ੇਰ ਜ਼ਬਰ ਦੀ ਗਲਤੀ ਹੈ। ਪੁੱਤਰਾਂ ਦੇ ਸ਼ਾਰੋ ਨਹੀਂ, ਮੈਂ ਬਿਸਮਿਲ੍ਲਾ ਕਰ ਜਵਾਨੀ ਆ ਮਾਣ। ਇਸਮੇ ਆਜ਼ਮ ਹੈ ਮੁਰਸ਼ਦ ਅਲੀ ਦਾ ਨਾਮ, ਮਤਲਬ ਕਿਸੇ ਦੇ ਪਿੱਛੇ ਲੱਗ ਕੇ ਤੇ ਯਾ ਅਲੀ ਆਖਣਾ ਛੱਡਦਾ ਹੈ।
कबर भी अधूरी आई, मुर्शद अली छड़ेगा, दुनिया भी अधूरी आई। मैं जाहिल बंदा नहीं, मैं 70 किताबां चो विखा सकना। आखरत भी गंदी आई। साईं फरमेंदे उहद पहाड़ जितना सोना अल्लाह दे राज तकसीम कर। हजार हज पा प्यादा कर। वो नबी फरमेंदा जेड़ा ओदी वही बगैर बोलता ही नहीं। सफा और मरवा दे दरमियान हादी फरमेंदन अगर तू मजलूम हो के भी मारिया गया तेरे दिल च मेरे वीर अली दी मोहब्बत नहीं, खुदा तेरी कोई इबादत कबूल करता ही नहीं। अल्लाह तुहाडी जिंदगी, खुदा तुहाडी इबादत कबूल फरमाए। आवण दा मकसद ही पूरा हो गया। हर जुबान बोल पई, इसे दा नाम अजलस। बस इहदा आखिरी मुकाम दसदा पिया, मसाए पढ़न लगा। ओहो, जिहड़े तेरे नाल बोलदे नहीं नेकी आले, तू नेकी कीती अजा नहीं, नेकी आला लिखन लग पिया। बदी गल है ना मेरी जहन दे विच, बदी आला बोलिया मैनू रोकिया सी, हुण अजे उन्हें नेकी कीती नहीं ते आप लिखन लग पिया, हुण तू भी ना लिख। बदी आले दे पासे देख के आखे लगा तू फैसला कर, वेख ते सही केडी वड्डी नेकी दे मुतलक सोची बैठा है। बोलन ना बोलन नसीब दी बात है। मैं मजलस दा मुकाम पे दसना, कुरान मेरे सर ते रख, अलमे अब्बास दी कसम है, जेड़ा बंदा जेड़े तेरे नाल बोलदे नहीं, जेड़े तेरे नाल गल नहीं करदे, उधरों आए न ओदी ड्यूटी च जो कर रहे हैं लिख रहे हैं, एक दिन उन्हें पेश करना है। जेड़े तेरे नाल बोलदे ही नहीं, जेड़े वेले मजलस शबीर च आण के तू बह जाना, जेड़े तेरे नाल नहीं बोलदे वो तेरे नाल बोल के आ देन, बंदा खुदा तेरा शुक्रिया अदा पे करने, तू सानू उत्थे लाया जिथे नबी कतार च खलोते न, कोई मौका मिल जाए हुसैन दी सफे मातम ते कोई बैठ लैण दे दे। ऐ मुकाम आई हुसैन दी मजलस दा, बल्कि मैं इत्थों तक पढ़िया कराउण आले नूं घर नूं जिहड़े वेले जाओ कराउण आले दा शुक्रिया अदा करो। भाई तेरी बड़ी मेहरबानी, तू ऐसा वसीला बना के मजलूम दे रोवण दा सानूं मौका दे छोड़े। नुक्ते ना कढ़ के जाना, मैं किसी दे आखण ते गल कदी नहीं कीती, मैं हक बयान पिया करना। भाई तेरी बड़ी मेहरबानी, उसका दिल बड़ा हो जाएगा, अगली बारी वो तेनू इस तो सोहना करके लंगर भी सोहना कर देगा, जाकर भी ज्यादा मंगा लेगा। जे उत्थे बैठ के निकले ना बड़ा कीता, लून थोड़ा जहा घट पाउंदा ना, लंगर बड़ा चंगा सी, पानी च बर्फ नहीं पाई। छोटियां छोटियां गल्लां तू परहेज कर ले ना, ते खुदा जानदा इत्थों टुरन लग्या हर बंदे दी चोली भरी हुई होनी। हुसैन ते ओ बादशाही जिन्हें नाने दा उधार नहीं रखिया, उन्हें साडा कमियां दा कित्थों रख लैना। तैनूं कोई मंगण दा तरीका आ जाए, तेरे अंदर दा चोर अगर निकल गया। बाबा जी एक सत्र तुहाडी नज़र दुआ लैनी चाहना तुहाडे कोलों, सरदार बैठे हो दोवें भाईजान बैठे न, बंदे च बंदियाई होनी चाहिए, हुसैन बड़ा करीम है। जिंदा अल्लाह जिंदगी करी, अल्लाह जिंदगी करी। जी बिस्मिल्लाह, भला होवे जी तुहाडा इमाम हुसैन, ज्यादा इज्जत देवें जी, भला होवे। केडी सोहना आगाज हो गया। सलेमान कूफी भाई अगर हक बयान कीता है, मेरी गल किसी नू नागवार गुजरी होवे माफी चाहना, लेकिन दरसे आले मोहम्मद है।
अगर ये गल्ला नहीं करनिया फिर इत्थे केड़ियां करनियां तू दस। ऐ नौजवान जेड़ी साड़ी नसल है इन्हां दा कोई भला हो जाए। मौला तुहाडे रिजक च अदाफा फरमाए, मौला बानियां नूं इतना क देवे तां कि आमत ए जिक्र इवें जारी हो सारी रहे। सदा दियो लो एक सत्तर मसाइब दी, जेड़ा वक्त बचदा पे है उस च नौकरी है। दियां दे परदे होने सलमान कूफी, कूफे दे वसन वाला ए एक ताजर होया। थोड़ी जी तमहीज ज़हन च बहाई। इस सहाबीए अली अलैहिस्सलाम होया ताजरा तजारत वेंदा। जड़ा मौला अली दी कूफे च शाही होई ना, ये फिर तजारत ते बहुत थोड़ा जांदा, घट जांदा। एक दिन जनाबे अमीर ने पूछया, ओ सलमान जी बादशाह तू तजारत ते नहीं जांदा? खैर है उस आके मौला जानना, पर मैं नहीं, काफ़ी दिहाड़े हो गए मेरे कोल पै रहा ना। उस आके बादशाह तजारत बंदा किस वास्ते करता है? सरकार पर मैं रिजक वास्ते। तो उस आके जी फिर दसना नाराज ना होना, उदा दिता हुआ रिजक के दे हत्थां चो तकसीम होंदा है। तुहाडा भला हो जाए जी, जेड़े बोल पे वो करोड़ा सलाम है। आदि फरमाया तैं सच आख्या, देण आला ओए वडावण आले मेरे हाथ हैं। अगर मुर्शद अली ए रिजक तकसीम ना करदा ते रौले इंज पैने सी जिवें अजकल बिजली दे बिल दे पए होए। अल्लाह सरकार फरमेंदे देंदा ओए वंडावण आले मेरे हाथ हैं, मैनू उसने चुनिया। उस आख्या फिर बादशाह मैं को पागल हाँ, वे जिथों रिजक निकल के टुरदा है मैं वो कान ही छड़ के किते होर चले जाऊँ। जेड़ा मेरा हिस्सा है तुसी आदलो वो मिलना ही मिलना है। जेड़े अजा नहीं समझे ये ओ सलमान कूफी आई जेड़े वेले अली बादशाह दियाँ धियां बाबे दी शाही वेखण कूफे आईया ना, इो सलमान कूफी आई बजुर्गो जेड़ा बाजार च दौड़ दौड़ के आदा लोको बाजार बंद कर दियो। हाय अज ओ बीबियां आंदियां पईयां जिन्हां अपने साए तो भी हया आंदा है। भला होवे दिल नरम हो जाए तो हाय जरूर कर दे। बीवियां आ गईयां, इस सलमान कूफी दी बीवी ने मेरी मखदूमा तो कुरान पाक पढ़िया। 1400 या 1500 कूफे दी औरत ऐसी सी जिन्हें किबला मखदूमा कुलो कुरान पाक पढ़िया। रोवी बेशक ना, बंदे सारे सियाने बैठे हो, लेकिन दुआ मंगया कर जिथे कोई एडा सोना वसया होवे उत्थे उजड़ के ना आ जाए। मौत आँदी है, मौत आँदी है मेरा सरदार, जिथे कोई सोना वसे उत्थे उजड़ के आ जाए, मौत आँदी है। अल्लाह अकबर। अच्छा वक्त गुजर गया, मौला अली दी शहादत हो गई। मौला दी शहादत दे बाद जेड़े वादे औलादे रसूल नल कीते गए हैं उन्हें सारियां तो फिर गए। जेड़े इलम दोस्त भाई बैठे हो, जेड़े पढ़े लिखे लोग बैठे हो, हर वादे तो बुजुर्गों फिर गए। जेड़ा सारे वादियां तो फिर गए तो बीबी फरमाया, वीरों जी भैन तैयारी करो वतन चलिए, हुण सानू कूफा रास नहीं आवण। जेड़े बंदे दी आए नहीं निकली मुकद्दर उस बंदे दा है। मिन हाल तेरे इमाम नु पुछे
कि मौला चोखी तकलीफ किथे हुई। इमाम फरमाया मिनहाल शाम, मिनहाल खुद रवायत करता है आदा जड़ा भी इमाम मेरे सामने रुन्ने, इमाम दे मुँह चो निकलिया हाय शाम। वाह भाई वाह, भला होवे भाई जिन्हां दी अखां वस पईआं। मिनहाल आदा एक दिन मैं कदमां ते हाथ ला के आख्या बादशाह आप आखदे हो, ऐ सत्र तुहाडी नज़र पिया करना, आप आखदे हो कि मैनूं शाम बड़ी तकलीफ होई, लेकिन मौला मैं तुहाडे कोल रहना। अक्सर बद्दुआ करदे हो ते कूफे आलिया नूं करदे हो, जद तकलीफ ज़्यादा शाम च होई ते शामियां नूं बद्दुआ करो। इमाम फरमाया मिनहाल तैनूं नहीं पता, शाम आलिया नूं बद्दुआ इसलिए नहीं करदा ते कूफे आलिया नूं करदा, शाम आले सानू जानदे नहीं सन। असी कौन आ, कूफे आले जानदे आन, उत्थे मेरी मां बादशाहज़ादी रही आई। हुण रुन्ना है, हुण हक अदा कीता ई, मैं बिस्मिल्ला करा, भला होवे भाई। ओ सानू नहीं जानदे, इत्थे ते मेरी मां शाहज़ादी रही आई। अल्लाह अकबर, तैयारी हो गई, बीवियां दे महमल टुर पाए। इस सलमान कूफी दी बीवी किसे रिश्तेदार दे घर गई हुई आई, दो इन सुना में लगा। एक किबला उदों वल्लीए जड़ा महमल शहर चों टुर गए निकल, दरवाज़ा खुलेंदी पई, गवंढ मस्तूर ने पूछया अपनी सैणी नूं मिल आई है? अदे नहीं, मैं तो फलां रिश्तेदार दे घरों आई हाँ, कल जासा। तैन पता नहीं? खैर है, तेरिया सैणी वतन टुर गई, तुहाडी हाय दी कसम है, दरवाज़ा ही नहीं खोलिया। किदों गई? गई तो थोड़ी देर पहले। दौड़ पई 7-8 मील दूर, एक मुकान हो जासी अगर तै सत्र समझी। हैं बीबिया दे महमल पहुँचे ते सैन दी दीद पई है। फरमाया हुसैन वीर जी बहन सवारी रोकी? ओ मेरी भरजाई पिछे आंदी पई है। भला हो जाए भाई, भला हो जाए भाई तुहाडा, मैं बिस्मिल्ला आखिर मंगण आए लोग, मैं बिस्मिल्ला करा। ओ मेरी भरजाई पई आंदी। मामल रुक गए, एक करीब आई, कदमां ते हाथ लाए, मखदूमा भरजाई एडा पन? फरमाया पंदी नहीं, मदीने तक मुलाकात ना होंदी, मैं पिछे तो ना ही हटना, मैं तो इवें तुहाडे पिछे आवना। भरजाई खैर आई, एक गल पूछनी आई मखदूमा। हाँ हाँ पूछो। कदी फिर कूफे आसो? बड़ा बहादुर बंदा है जिंदी हाय नहीं निकली, बड़ा नवाब बन के वो बंदा बैठा है जिंदी हाय नहीं। कदी कदी फिर कूफे आसो? बीबी आदि हाँ, तबली गई सलाम दी खातिर एक दफ़ा फिर आसा। कदमा ते हाथ ला के आदि मखदूमा फिर दुआ मंगो, तुहाडे आवन तो पहले अल्लाह दी जात मैनू एक धी दे दे। बीवी आदि पुत्र मंग लै। पर मैं नहीं, पुत्र लोड़ होंदी, सलमान मौला अली तो मंग लैंदा, उस मंगिया नहीं, मैनू लोड़ नहीं, मैं तो धी मंगनी, पुत्र मंगा, प्यो नाल तजारत ते वैसी, मैं धी रख को धी क्यों मंगनी? मखदूमा तुसी आख्या मैं फिर आसा, जे ते मैं हुई उस तो मुड़ खैर है, अगर मैं मर गई हुई सत्तरियो समझी जे मुकानिया है, फिर मैं धी नूं वसीयत करके टुरसा। पुत्र याद रखी, जड़ा कूफे च ऐलान होवे ना बाजार बंद कर दियो, उस वेले तड़पी अली दी धी महमल च। फरमाया भरजाई जड़ा वत आसा, ऐलाना दे रंग तब्दील होसे, अज मेरे हाथ खुले होए, वत मेरे हाथ बदे होए होसे। जी आखा जी आखा, भला होने तुहाडा, और किसे गम में ना रहो, पुत्रा दे चारों नी हद कर छोड़ी आई। भाई लो एक वैन सुन लो, बीबी दुआ कीती, सैन दी दुआ रंग ला आई, अल्लाह दी दात ने इसनू किबला एक धी दित्ती। ओ 3.5 साल दे करीब वो बच्ची पहुँच गई, बागे बतूल च लोटी पै गई। वाह वाह, जड़े बंदियां दी हाए अजा तक नहीं निकली, लुट इवें पई है, माली दे सामने सारा ही बाग उजड़ गया। वाह 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 वाह, भला होवे तुहाडा, है सामने सारा ही बाग लुटी गया।
ਭੈਣ ਭਰਾ ਦੀ ਇਹ ਸਲਮਾਨ ਨੇ ਕੂਫੀ ਤਜਾਰਤ ਆ ਇਸ ਨੂੰ ਪਤਾ ਕੋਈ ਨਾ ਜੋ ਵਾਕਿਆ ਕਰਬਲਾ ਹੋਇਆ ਹੈ ਅੱਛਾ ਭੈਣਾਂ ਭਰਾਵਾਂ ਦੀਆਂ ਲਾਸ਼ਾਂ ਛੋੜ ਕੇ ਟੁਰ ਪਈਆਂ ਜਿਹਦੀ ਹਾਏ ਨਹੀਂ ਨਿਕਲੀ ਕੋਈ ਭੈਣ ਐਸੀ ਵੇਖੀ ਜੇ ਜਿਹੜੀ ਭਰਾ ਦੇ ਦਫਨ ਤੋਂ ਪਹਿਲੋਂ ਲਾਸ਼ ਤੋਂ ਉੱਠ ਗਈ ਹੋਵੇ ਰੋਵੀ ਭਾਵੇਂ ਨਾ ਰੋਵੀ ਹੈ ਇੱਕੋ ਭੈਣ ਹੈ ਜਿਹੜੀ ਉੱਠੀ ਨਹੀਂ ਉਠਾਈ ਗਈ ਹੈ ਟੁਰੀ ਨਹੀਂ ਤੇਰੀ ਹਾਏ ਦੀ ਕਸਮ ਹੈ ਟੁਰਾਈ ਗਈ ਹੈ ਇਹ ਸੱਤ ਕਦਮ ਭਰਾ ਦੀ ਲਾਸ਼ ਤੋਂ ਇਹ ਸੱਤਰ ਤੁਹਾਡੀ ਨਜ਼ਰ ਪਿਆ ਕਰਨਾ ਸੱਤ ਕਦਮ ਭਰਾ ਦੀ ਲਾਸ਼ ਤੋਂ ਦੂਰ ਬਹਿਣ ਗਈ ਹੈ ਨਾ ਅਤੇ ਇੰਜ ਪਿੱਛੇ ਮੁੜ ਕੇ ਹੁਸੈਨ ਦੀ ਲਾਸ਼ ਨੂੰ ਡਿੱਠਾ ਤਾਂ ਦੇਖ ਕੇ ਆਦੀ ਹੁਸੈਨ ਇਹ ਕਿਆ ਜਾਣਨ ਤੂੰ ਕੌਣ ਹੈ ਹਾਏ ਹੁਸੈਨ ਤਾਂ ਮੈਂ ਜਾਣਨੀ ਹਾਂ ਕੋਈ ਮੇਰੇ ਕੋਲੋਂ ਪੁੱਛੇ ਤੂੰ ਕੌਣ ਹੈ ਅੱਲਾ ਤੈਨੂੰ ਤਿੰਨ ਮੋਇਜ਼ੇ ਐਸੇ ਦਿੱਤੇ ਤੇਰੀ ਸ਼ਹਾਦਤ ਤੋਂ ਬਾਅਦ ਜਿਹੜੇ ਨਾ ਬਾਬੇ ਨੂੰ ਨਸੀਬ ਹੋਏ ਨਾ ਨਾਨੇ ਨੂੰ ਨਸੀਬ ਹੋਏ ਨਾ ਕਿਸੇ ਨਬੀ ਨੂੰ ਨਸੀਬ ਹੋਏ ਨਾ ਕਿਸੇ ਅੰਬੀਆ ਨੂੰ ਨਸੀਬ ਹੋਏ ਸ਼ਬੀਰ ਦੀ ਲਾਸ਼ ਹਲ ਗਈ ਅੰਮਾ ਦੀ ਜਾਈ ਟੁਰਦਿਆਂ ਟੁਰਦਿਆਂ ਆਈ ਮੋਇਜ਼ੇ ਤੇ ਦੱਸੀ ਜਾ ਜਿਹੜੀ ਗੱਲ ਛੇੜੀ ਆਈ ਫਰਮਾਇਆ ਪਹਿਲਾ ਮੋਇਜ਼ਾ ਹੈ ਜਿੱਥੇ ਤੇਰੀ ਰੱਤ ਰੁੜੀਏ ਖੁਦਾ ਨੇ ਜਾ ਹੀ ਖਾਕ ਸ਼ਫਾ ਬਣਾ ਛੋੜੀ ਜਿੱਥੋਂ ਕਿਸੇ ਨੇ ਸ਼ਾਮਲ ਹੋ ਜਾਈ ਯਾਰ ਸ਼ਾਮਲ ਹੋ ਜਾਈ ਮੈਂ ਛੋੜਨ ਲੱਗਾ ਆਗਾਜ਼ ਮਜਲਸ 'ਚ ਝੋਲੀ ਭਰ ਲੈ ਇਹ ਨਾਲ ਬੈਠੇ ਲਿਖ ਲੈਣ ਕੇ ਇਸ ਹਾਇਕ ਕੀਤੀ ਆਈ ਹੌਸਲਾ ਇੰਦਗਾਮੇ 'ਚ ਪਰ ਮੈਂ ਜਿੱਥੋਂ ਕਿਸੇ ਨੂੰ ਸ਼ਫਾ ਨਾ ਮਿਲ ਸੀ ਹੁਸੈਨ ਤੇਰੀ ਮਿੱਟੀ 'ਚੋਂ ਸ਼ਫਾ ਮਿਲ ਜਾ ਸੀ ਹੁਸੈਨ ਤੇਰੀ ਮਿੱਟੀ ਸਾਹਮਣੇ ਰੱਖ ਕੇ ਇੱਕ ਕੌਮ ਐਸੀ ਉਹ ਸੀ ਜਿਹੜੀ ਸਜਦਾ ਕਰੇ ਸੀ ਉਸ ਮਿੱਟੀ 'ਤੇ ਭਲਾ ਹੋਵੇ ਤੁਹਾਡਾ ਹਿੱਸਾ ਦੇ ਦਿੱਤਾ ਜੇ ਤੁਹਾਡਾ ਭਲਾ ਹੋਵੇ ਅੱਲਾਹੁ ਅਕਬਰ ਅੱਲਾਹੁ ਅਕਬਰ ਅਤੇ ਦੂਸਰਾ ਮੌਜਦਾ ਜਿਹੜਾ ਤੇਰਾ ਰੋਜ਼ਾ ਬਣ ਗਿਆ ਨਾ ਤੇਰੇ ਰੋਜ਼ੇ ਦੇ ਗੁੰਬਸ ਦੇ ਸਾਏ ਦੇ ਹੇਠ ਜਿਹੜਾ ਆਣ ਕੇ ਇੱਕ ਨੇਕ ਦੁਆ ਮੰਗਸੀ ਉਹ ਅੱਲਾ ਜ਼ਰੂਰ ਪੂਰੀ ਕਰੇ ਸੀ ਦੋ ਗੱਲਾਂ ਕਰਕੇ ਬਾਬਾ ਜੀ ਭੈਣ ਟੁਰੀ ਪਿੱਛਿਓਂ ਆਵਾਜ਼ ਆਇਆ ਆਦੀ ਤਿੰਨ ਹੈ ਤੀਸਰੀ ਵੀ ਦੱਸ ਕੇ ਟੁਰ ਫਰਮਾਇਆ ਵੀਰ ਇਹ ਔਖੀ ਹੈ ਫਰਮਾਇਆ ਮੈਂ ਅਕਬਰ ਜੇ ਕੋਈ ਬੈਠਾ ਮੈਨੂੰ ਦੱਸ ਕਿਹੜੀ ਗੱਲ ਫਰਮਾਇਆ ਹੁਸੈਨ ਜੇ ਸੁਣ ਲੈ ਮਸ਼ਰਕ ਤੋਂ ਮਗਰਬ ਮਗਰਬ ਤੋਂ ਮਸ਼ਰਕ ਸ਼ਮਾਲ ਤੋਂ ਜਨੂਬ ਜਨੂਬ ਤੋਂ ਸ਼ਮਾਲ ਤੇਰੀ ਕਬਰ 'ਤੇ ਜ਼ਾਇਰ ਆਸਨ ਬਾਦਸ਼ਾਹ ਤੋਂ ਫਕੀਰ ਤੱਕ ਹਰ ਜ਼ਾਇਰ ਤੇਰੀ ਕਬਰ 'ਤੇ ਖਾਲੀ ਝੋਲੀਆਂ ਸੀ ਅਤੇ ਭਰ ਕੇ ਬਈ ਸੀ ਇਦੋਂ ਵੱਡਾ ਮਸਾਇ ਮੈਨੂੰ ਪੜ੍ਹਨਾ ਹੀ ਨਹੀਂ ਆਉਂਦਾ ਜੇ ਕਿਸੇ ਦੀ ਹਾਏ ਨਾ ਨਿਕਲੇ ਫਕੀਰ ਵੀ ਭਰ ਕੇ ਬਈ ਸੀ ਬਾਦਸ਼ਾਹ ਵੀ ਭਰ ਕੇ ਬਈ ਸੀ ਜ਼ਰਾ ਉੱਠ ਕੇ ਦੇਖ ਹਰ ਕੋਈ ਤੇਰੀ ਕਬਰ ਤੋਂ ਝੋਲੀ ਭਰ ਕੇ ਬਈ ਸੀ ਮੈਂ ਤੇਰੇ ਨਾਲ ਭਰ ਕੇ ਆਈ ਸਾਂ ਆ ਖਾਲੀ ਕਰਕੇ ਤੁਰੇ ਜਾਂਦੀ ਹਾਂ ਪੁੱਤਰ ਮੇਰਾ ਉਹ ਸਮਝੇ ਆਈ ਚਾਦਰ ਮੇਰੀ ਰਾਤ ਲੁੱਟ ਲਈ ਹੈ ਵਾਹ 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 ਤੁਹਾਡਾ ਭਲਾ ਹੋ ਜਾਏ ਉਹ ਕਿਸੇ ਗਮੇ 'ਚ ਉਹ ਜਵਾਨੀ ਜੀ ਆਖਾਂ ਮੈਂ ਲਗ ਵਾਰੀ ਆਖਦੇ ਹਾਂ ਹੱਦ ਕਰ ਛੋੜੀਏ ਬਾਈ ਅੱਲਾਹੁ ਅਕਬਰ ਟੁਰ ਗਈ ਕੂਫੇ ਦੀ ਤਬਲੀਗ ਤੋਂ ਫਾਰਿਗ ਹੋ ਗਈ ਲਓ ਇੱਕ ਵਹਿਣ ਸੁਣ ਲਓ ਧੀਆਂ ਦੇ ਪਰਦੇ ਉਹਨੇ ਜਿਹੜਾ ਵਕਤ ਭਾਈ ਨਾਲ ਆਈ ਮੁੱਕ ਗਿਆ ਇੱਕ ਵਹਿਣ ਧੀਆਂ ਦੇ ਪਰਦੇ ਉਹਨੇ ਜਿੱਦਾਂ ਕੂਫੇ ਦੀ ਤਬਲੀਗ ਤੋਂ ਫਾਰਿਗ ਹੋ ਕੇ ਕਿਬਲਾ ਸ਼ਾਮ ਨੂੰ ਟੁਰੀ ਨਾ ਇਹ ਉਸ ਦਿਨ ਸਲਮਾਨੇ ਕੂਫੀ ਕੂਫੇ ਪਹੁੰਚਿਆ ਤਜਾਰਤ ਤੋਂ ਇਸ ਦੇਖਿਆ ਬਾਜ਼ਾਰ 'ਚ ਬੜਕੀਲੇ ਲਬਾਸ ਖੁਸ਼ੀਆਂ ਮੁਬਾਰਕਾਂ ਇੱਕ ਬੰਦੇ ਦੇ ਕੋਲ ਆਣ ਕੇ ਆਦਾ ਯਾਰ ਇਹਨਾਂ ਦਿਨਾਂ 'ਚ ਈਦ ਤਾਂ ਨਹੀਂ ਆਉਂਦੀ ਕਿਸੇ ਵੱਡੇ ਬੰਦੇ ਦੀ ਸ਼ਾਦੀ ਹੋਈ ਹੈ ਮੈਂ ਦੇਰ ਬਾਅਦ ਆਇਆ ਵਸਦਾ ਤਾਂ ਮੈਂ ਇੱਥੋਂ ਦਾ ਹੀ ਹਾਂ ਅਤੇ ਦੇਰ ਬਾਅਦ ਉਹ ਆਦਾ ਸ਼ਾਦੀ ਨਹੀਂ ਅਤੇ ਇਹ ਖੁਸ਼ੀਆਂ ਅਤੇ ਜੁੰਬਿਰ ਉੱਥੋਂ ਬੰਦਾ ਬੋਲ ਕੇ ਆਦਾ ਬਾਗ ਹੀ ਮਾਰੇ ਵਾਹ ਵਾਹ ਬੜਾ ਬਹਾਦਰ ਹੈ ਉਹ ਬੰਦਾ ਜਿਹਦੀ ਹਾਏ ਨਹੀਂ ਨਿਕਲੀ ਨਵਾਸਾ ਹੈ ਰਸੂਲ ਅਤੇ ਬਾਗੀ ਬਾਗੀ ਹਾਂ ਇਹ ਉਹਦੀਆਂ ਖੁਸ਼ੀਆਂ ਅੱਜ ਬਾਗੀ ਉਹ ਉਹਦੀਆਂ ਭੈਣਾਂ ਇੱਥੋਂ ਲੰਘੀਆਂ ਗਏ ਭੈਣਾਂ ਲੰਘੀਆਂ ਹਾਂ
बागी नू मार के उन्दियां बहना कैद कीतियां। आदा यार कलमा गो हाँ मुहम्मद दी शरीयत नहीं आती, परदेदारां नू कड़ियां पाओ। बागी कित्थों दा वसदा? मदीने दा। तड़प के आदा वो केड़ा मदीना? आदा मुहम्मद आला होर मदीना केड़ा है? आदा नहीं गलत आख रहे, आदा मदीने दा वसदा ना हुसैन आई। भला हो जाए तुहाडा, भला हो जाए तुहाडा। हुसैन ऐ जिगर ते हाथ आए, बागी मदीना हुसैन अपने दरवाजे ते आया, फिर अपने आप नू आदा किधे टुर पे हैं? उन्हां दे अब्बास जे जवान बिराए ये कोई ना ते ना रखिया उसी, माफ़ी मंग तू केड़े पासे ख्याल ला के अपना दरवाज़ा खोल दिता। पहलवान दा ते बीवी कदमां ते हाथ लाइंदी है, आदि शौहर दियाँ तजीमा मैनू अली दी धी दसियाँ, जड़ा मैं सैन कोलो कुरान पढ़दी होंदियाँ है। अज आई सामने बीवी खली है, कोई तजीम नहीं, ਉਹ ਤੋਂ ਸਾਹਮਣੇ ਵੇਖ ਕੇ ਆਦੀ ਹੁਣ ਭਾਵੇਂ ਆਵਿਆ ਤੇ ਭਾਵੇਂ ਨਾ ਆਵਿਆ ਆਵੇ ਅਸੀਂ ਦੀਗਰ ਦੇ ਉਜੜ ਗਿਆ ਤੇਰੀ ਜ਼ਿੰਦਗੀ ਹੋਈ। ਅੱਲਾ ਜਾਣਦਾ ਹੈ ਸਲਮਾ ਉਹਨਾਂ ਦਾ ਮੇਰੇ ਦਿਲ 'ਚ ਖਿਆਲ ਆਇਆ, ਇੱਕ ਧੀ ਆਈ ਉਹ ਮਰ ਗਈ ਉਸ, ਇਹ ਧੀ ਦੇ ਵਹਿਣ ਕਰੇਂਦੀ ਪਈ ਉਸ, ਬੰਦਾ ਕਿਹੜਾ ਏ ਜਾਂਦੀ ਅਜਾ ਤਾਈ ਆਏ ਨਹੀਂ ਨਿਕਲੀ। ਸਲਮਾਨ ਆਦਾ ਮੇਰੀ ਅਚਾਨਕ ਦੀਦ ਪਈਏ, ਕੋਨੇ 'ਚ ਮੇਰੀ ਦੀਦ ਖੁੱਲੇ ਹੋਏ ਵਾ, ਸਰ ਵਿੱਚ ਮਿੱਟੀਆਂ ਰੋ ਰੋ ਕੇ ਆਦੀ ਪਈਏ, ਸਕੀਨਾ ਮੈਂ ਮਜਬੂਰ ਆਈ ਅੱਜ, ਅਗਰ ਬਾਬਾ ਘਰ ਹੁੰਦਾ ਮੈਂ ਤੇਰੀਆਂ ਕੜੀਆਂ ਪੈਂਦੀ, ਮੈਂ ਤੇਰੇ ਨਾਲ ਬਾਜ਼ਾਰਾਂ 'ਚ ਵਹਿੰਦੀ, ਮੈਂ ਜੀਆ ਖਾਂ ਜੀਆ ਖਾਂ ਜੀਆ ਖਾਂ ਭਲਾ ਹੋਵੇ ਤੇਰਾ। ਅੱਲਾ ਜਾਣਦਾ ਹੈ ਦੌੜੇ ਆਏ, ਇਹ ਹਰ ਬੰਦਾ ਹੀ ਜਾਣਦਾ ਹੈ, ਦੇਰ ਬਾਅਦ ਪਿਓ ਧੀ ਨੂੰ ਮਿਲੇ ਜਿੰਝ ਮਿਲਦਾ, ਦੱਸਣ ਦੀ ਲੋੜ ਨਹੀਂ, ਚਲੋ ਇਸ ਮਜਮੇ 'ਚ ਜਿੰਦੀ ਧੀ ਨਹੀਂ ਬਹਿਣ ਜ਼ਰੂਰ ਉਸ, ਇਵੇਂ ਜਲਦੀ ਨਾ ਲਾਇਆ ਉਸ ਧੀ ਨੂੰ ਚਾਇਆ, ਇਵੇਂ ਚਿਹਰੇ ਤੋਂ ਵਾਲ ਹਟਾਏ, ਜੋ ਮੈਂ ਪੇਸ਼ਾਨੀ ਚੁੰਮਾ ਦੀਦ ਪਈਏ, ਦੀਦ ਕੰਨਾਂ 'ਚ ਯਮਨੀ ਦੁਰ ਕੋਈ ਨਹੀਂ, ਇੰਜੇ ਬੀਵੀ ਦੇ ਪਾਸ ਦੇਖਿਆ ਤਾਂ ਮੈਂ ਦੇਰ ਬਾਅਦ ਆਇਆ, ਲੇਕਿਨ ਅਗਰ ਪੈਸੇ ਮੁੱਕ ਗਏ ਨਹੀਂ ਤੇ ਘਰ ਦਾ ਸਮਾਨ ਵੇ ਛੋੜਿਆ, ਤੈਨੂੰ ਪਤਾ ਨਹੀਂ ਧੀਆਂ ਦੇ ਦੁਰ ਵਿਕ ਜਾਣ, ਜੀਦੇ ਪਿਓ ਮਰਵੇ ਦਿਨ ਮੇਰੀ ਧੀ ਦੇ ਦੁਰ ਕਿਉਂ ਵੇਚੇ, ਨਾ ਦੀ ਸਲਮਾਨ ਨਾ ਮੈਂ ਵੇਚੇ ਨਾ ਮੈਂ ਲਾਹਣ ਲੱਗਿਆ, ਤੇਰੀ ਧੀ ਨੂੰ ਝਿਣਕਾਂ ਦਿੱਤੀਆਂ ਸਲਮਾਨ ਦਾ ਕਿਉਂ ਝਿਣਕ ਡੇਵੇਂ, ਇਹ ਕੋਈ ਬੇਵਾਰਾ ਸੇ ਤੇ ਵੱਡੇ ਵਾਰ ਸੰਭਾਲੀਏ, ਧੀ ਪਿਓ ਦੇ ਗੱਲ 'ਚ ਮਈ ਪਾਈਆਂ, ਬਾਬਾ ਅੰਮਾ ਤੇ ਨਾਰਾਜ਼ ਨਾ ਹੋ, ਅੰਮਾ ਮੇਰੇ ਦੁਰ ਬੜੇ ਪਿਆਰ ਨਾ ਲਾਏ, ਵੇ ਬਾਬਾ ਹੁਸੈਨ ਦੀਦੀ ਦੇ ਬੜੇ ਔਖੇ ਲੱਥੇ, ਅਗਰ ਮੇਰੀ ਜ਼ੁਬਾਨ 'ਤੇ ਇਤਬਾਰ ਨਹੀਂ ਆ, ਪਰ ਮੈਂ ਇਮਾਮ ਦੀ ਜ਼ੁਬਾਨੋਂ ਸੁਣਾ ਦੇਣਾ, ਬਰਮਾ ਫਰਮੈਂਦਾ ਏ ਮੇਰਾ ਸਲਾਮ ਹੋਵੇ ਊ ਸ਼ਹਜ਼ਾਦੀ 'ਤੇ, ਜਿਹਦੇ ਦੁਰਾਂ ਦੇ ਕੁੰਡੇ ਬੰਦ ਰਹੇ ਤੇ ਦੁਰ ਲਹਿ ਗਿਆ, ਜਿਹੜੀ ਮਹਿਣ ਜੀਆ ਖਾਂ ਜੀਆ ਖਾਂ ਤੁਹਾਡਾ ਭਲਾ ਹੋਵੇ, ਕਿਸੇ ਗਮੀ 'ਚ ਨਾ ਰੋਵੇ, ਕਬੂਲ ਹੋ ਗਈ ਜੇ ਮੈਂ ਬਿਸਮਿਲ੍ਲਾ ਕਰਾਂ, ਜੀ ਆਖ ਦੇਣਾ ਆਖ ਦੇਣਾ, ਪੁੱਤਰਾਂ ਦੇ ਸ਼ਿਆਰ ਹੋਣੀ ਅਦਾ ਪੁੱਤਰ ਸਕੀਨਾ ਤੇ ਮੇਰੇ ਬਾਦਸ਼ਾਹ ਦੀ ਧੀ ਦਾ ਨਾਮ ਹੈ, ਅਦੀ ਬਾਬਾ ਉਸੇ ਦੀ ਗੱਲ ਪਈ ਕਰੇ ਨੀ, ਅਦੇ ਤੂੰ ਕਿਵੇਂ ਜਾਣਨੀ ਹੈ, ਅਦੀ ਬਾਬਾ ਥੋੜ੍ਹੀ ਦੇਰ ਪਹਿਲੋਂ ਸਾਡੇ ਦਰਵਾਜ਼ੇ 'ਚ ਐਲਾਨ ਹੋਇਆ, ਬਾਗੀ ਦੀਆਂ ਭੈਣਾਂ ਆ ਗਈਆਂ, ਬਾਬਾ ਜਾਂ ਮਾਵਾਂ ਦੀਆਂ ਦਰਵਾਜ਼ੇ ਦੇ ਅੰਦਰੋਂ ਸੁਰਾਖ 'ਚੋਂ ਡਿੱਠਾ ਹੈ, ਬਾਬਾ ਮੈਂ ਮਰ ਗਈ ਹਾਂ ਮੇਰੀ ਦੀਦ ਪਈਏ, ਪਹਿਲੋਂ ਪਹਿਲੋਂ ਇੱਕ ਸੇਰਾ ਜਿਹੜਾ ਘੋੜੇ ਦੀ ਗਰਦਨ 'ਚ ਹੰਨੇ ਨਾਲ ਬੱਧਾ ਹੋਇਆ ਹੈ, ਮੇਰਾ ਮੂੰਹ ਜਿੰਨਾ ਤੱਕ ਛੋੜਿਆ ਤੇ ਹਾਏ ਨਹੀਂ ਨਿਕਲੀ, ਹਜ਼ਰਤ ਅੱਬਾਸ ਦਾ ਸਾਰੇ ਸਿਮਰ ਦਾ ਘੋੜਾ ਹੈ, ਅੱਲਾ ਜਾਣਦਾ ਹੈ ਧੀਆਂ ਦੇ ਪਰਦੇ ਉਹਨੇ, ਬਾਬਾ ਮੇਰੀ ਅੰਮਾ ਆਖਿਆ ਹੈ ਪਤਾ ਨਹੀਂ ਇਸ ਕੀੜਾ ਕਸੂਰ ਕੀਤਾ ਹੈ, ਸਾਰੇ ਸਾਗਾਂ ਤਿੰਨ ਇਹ ਘੋੜੇ ਦੀ ਗਰਦਨ 'ਚ, ਬਾਬਾ ਗੱਲ ਕਰਨ ਦੀ ਦੇਰ ਆਈ, ਪਿੱਛਿਓਂ ਦੋ ਕਾਰੀ ਕਮਰ ਸਿੱਧੀ ਕਰਦੇ ਆਏ, ਵੱਡਾ ਬੋਲ ਕੇ ਆਦਾ ਕਸੂਰ ਨਹੀਂ ਮਜਬੂਰੀ ਹੈ, ਸਾਂ ਤੇ ਚੜਦਾ ਬਾਜ਼ਾਰ 'ਚ ਮੇਰੀ ਮਾਂ ਦੇ ਵਾਲ। ਵਾਹ ਵਾਹ, ਆਖਰੀ ਜੁਮਲਾ, ਮੇਰੀਆਂ ਬਹਿਣਾਂ ਦੇ ਵਾਲ ਖੁੱਲੇ ਹੋਏ,
बाबा हैरान हो गई है, कौन होवे ना जिन्हां दे वाल खुले हो। बाबा मावां दियां वेदियां पईयां, बाबा साढ़े दरवाजे च एक सांग रुक गई। शाला पढ़ला तू सुन लै, बाबा उस जिंदा इंसान तरह उस सिर ने अखां खोलियां ते बाबा गौर नाल साडे मकान नूं वेखदा आया ते वेख वेख के अकल मार के आदा, ओ सलमान किथे टुर गया, ओ तेरे शार च मेरियां बहणा रुल गईयां, तेरे शार च मेरियां धीआं रुल गईयां। बाबा तेरा नाम आवण दी दे रही, अम्मा दरवाजा खोल दिता है। मैं आख्या अम्मा बहर ना वंजी, तू एक सहाबी दी बीवी है, अज रंग रंग दे लोग आ दिए हट जा, ए भी कोई नबी है या इमाम है, मैनू पुछण दे ए नाम ते बोलन आला कौन है। बाबा मर गई होवां बहर निकलियां, एक बच्ची आई जिहदे गल च बड़ी तंग रस्सी आई, बाबा मैनू वे उस रस्सी बड़ी औखी ढिली कीती ते मेरे पास दे क्या दी, चाचे सलमान दी धी जेड़े वेले प्यो घर आवे उन्हों दसी तेरे शाह च हुसैन दी धी नू लोका बड़ा मारिया, मेरे दुरलहा लाए मैनू बाबे दे बाद हर कै मारिया। अला लानतुल्लाह है।